ਆਓ ਜੀ ਆਓ। ਐਂਟਰੈਂਸ ਜਾ ਰਿਹਾ ਜੀ, ਚਹਿਲ ਪੈਲੇਸ। ਚਹਿਲ ਪੈਲੇਸ ਸਾਹ ਲੈਂਦੇ ਹੋਏ। ਚਲੋ ਜੀ ਆ ਜਾਓ। ਇੱਥੇ ਜੀ ਲੋਕੀ ਰੋੜਾਂ ਜਾਂਦੇ ਨੇ ਆਪਣੀਆਂ ਭੈਣ ਦੀਆਂ ਆਹਾ ਐਕਚੁਅਲੀ ਪਿਆਨੋ ਹੈ ਜੀ। ਇਹ ਦੇਖਣ ਨੂੰ ਇਹ ਬਹੁਤ ਇਹ ਚਾਲ ਦੇ ਬਾਰੇ ਦੱਸਦੇ ਇਹ ਅਸੀਂ ਪ੍ਰਮੋਸ਼ਨ ਨਹੀਂ ਕਰ ਰਹੇ, ਸਿਰਫ ਤੁਹਾਨੂੰ ਦਿਖਾ ਰਹੇ ਹਾਂ। ਮੇਰੀ ਗੱਲ ਸੁਣੋ, ਅਖਬਾਰ ਪੜ੍ਹਦੇ ਹਾਂ, ਪੜ੍ਹਿਆ ਕਰੋ। ਦ ਟ੍ਰਿਬਿਊਨ ਦਿਖਾਉਣ ਦਾ ਮਤਲਬ ਹੈ ਅਖਬਾਰ ਰੋਜ਼ ਪੜ੍ਹਿਆ ਕਰੋ, ਭਾਵੇਂ ਪੰਜਾਬੀ ਪੜ੍ਹੋ, ਭਾਵੇਂ ਇੰਗਲਿਸ਼ ਪੜ੍ਹੋ, ਭਾਵੇਂ ਉਰਦੂ ਪੜ੍ਹੋ। ਕਿਉਂ ਭਾਬੀ ਜੀ ਸਹੀ ਕਹਿਣਾ ਮੈਂ, ਭਾਬੀ ਜੀ ਰੋਜ਼ ਅਖਬਾਰ, ਰੋਜ਼ ਅਖਬਾਰ ਨਹੀਂ ਪੜ੍ਹਦੇ ਭਾਬੀ ਜੀ, ਮੰਮੀ ਜੀ ਤੇ ਜ਼ਰੂਰ ਪੜ੍ਹਦੇ। ਨਹੀਂ ਨਹੀਂ ਭਾਬੀ ਜੀ ਰੋਜ਼ ਅਖਬਾਰ ਪੜ੍ਹਦੇ ਨੇ, ਭਾਵੇਂ ਉਹ ਗੱਲ ਲੱਗੇ ਘਰੇ ਅਖਬਾਰ ਨਹੀਂ ਆਉਂਦੀ, ਮਤਲਬ ਔਨਲਾਈਨ ਈ ਈ ਟ੍ਰਿਬਿਊਨ ਪੜ੍ਹਦੇ ਨੇ। ਇੱਥੇ ਲੋਕ ਬੋੜਾ ਚੁੱਕ ਰਹੇ ਜੀ, ਰੂਮ ਦਿਖਾਉਂਦੇ ਵੀ ਦੱਸ ਕੀ ਕਿਹਾ ਜਾ। ਬੰਦ ਕਰ ਦੀ ਠੀਕ ਹੈ। ਦੇਖੋ ਜੀ ਇੱਥੇ ਤੁਸੀਂ ਕਿੱਦਾਂ ਲੱਗ ਰਿਹਾ ਜੀ ਚੀਜ਼ ਅੰਦਰ ਇਹ ਵਾਸ਼ਰੂਮ ਹੈ? ਅੱਛਾ ਓਏ ਹੋਏ 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 ਰੂਮ ਹੈ ਜੀ ਜਿੱਥੇ ਤੁਸੀਂ ਰੂਮ ਵੀ ਲੈ ਸਕਦੇ ਹੋ। ਇਹ ਹੈਗਾ ਜੀ 21,000 ਦਾ ਰੂਮ। ਇੰਕਲੂਡ ਹੈ ਜੀ ਗੋਲਡ ਇੰਕਲੂਡ ਹੈ। ਅਰੇ ਭਾਈ ਕਿਚੋ ਹੋ ਰਿਹਾ
ਇਹ ਫ੍ਰਿਜ ਵੀ ਨਾਲ ਹੈ ਜੀ। ਇਹ ਹੈ ਜੀ ਚਹਿਲ ਪੈਲਸ, ਇੱਥੇ ਤੁਸੀਂ ਦੇਖ ਰਹੇ ਹੋ ਜੀ ਆਈ ਲਵ ਚਹਿਲ ਦਾ ਹੈਗਾ, ਚਹਿਲ ਚਹਿਲ ਦੇ ਵਿੱਚ ਕਹਿੰਦੇ ਕਹਿੰਦੇ ਫੋਟੋਆਂ ਕਰਾਉਣੀਆਂ ਜੀ। ਬੱਦਲ ਜਾਂਦੇ ਹੋਏ ਧਿਆਨ ਨਾਲ ਦੇਖੋ, ਬੱਦਲਾਂ ਵਿੱਚ ਤੁਰਦੇ ਪਏ ਸੀ ਬੱਦਲ ਨਾਲ, ਚਲੋ 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 ਤੁਰ ਜਾਂਦੇ ਭਾਬੇ ਤੁਰ ਜਾਂਦੇ ਹੋਏ ਘੋੜੇ ਘੋੜਿਆਂ ਦੀ ਜਾਨ ਕੱਢਦੇ ਹੋਏ। ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਆਈ ਲਵ ਚਹਿਲ ਦਾ ਵੀ ਇਹ ਹੈਗਾ ਜੀ। ਭਾਜੀ ਫੋਟੋ ਖਿਚਾਉਂਦੇ ਹੋਏ ਭਾਜੀ ਕੀ ਕਹਿਣਾ ਚਾਹੁੰਗੇ, ਕਿੱਦਾਂ ਮਹਿਸੂਸ ਹੋ ਰਿਹਾ? ਮੈਂ ਕਹਿੰਦਾ ਜੀ ਐਂਡ ਹੈ, ਮੌਸਮ ਦੇ ਬੱਦਲਾਂ ਦੇ ਬੱਦਲ ਸਾਡੇ ਕੋਲੋਂ ਲੰਘ ਰਹੇ ਨੇ, ਇੰਨਾ ਹਸੀਨ ਮੌਸਮ, ਆਪਣੇ ਸਾਰੀਆਂ ਨਵੀਆਂ ਪੁਰਾਣੀਆਂ ਗਰਲਫ੍ਰੈਂਡ ਤੋਂ ਲੈ ਕੇ ਸਭ ਹਾਏ ਹਾਏ ਇੰਨਾ ਮਿਸ ਕਰ ਰਿਹਾ, ਪੁੱਛੋ ਨਵੀਆਂ ਪੁਰਾਣੀਆਂ ਗਰਲਫ੍ਰੈਂਡ ਨੂੰ, ਇਹਨਾਂ ਦੀ ਇੱਕ ਓਨਲੀ ਐਂਡ ਓਨਲੀ ਆਹ ਹੈ ਜੀ, ਸੱਚੀ ਗੱਲ ਹੈ। ਇਹ ਦੇਖ ਰਹੇ ਹੋ ਸਾਰਾ ਜੀ, ਹਾਂਜੀ ਕੀ ਕਹਿਣਾ ਚਾਹੋਗੇ ਜੀ? ਠੰਡ ਲੱਗ ਰਹੀ ਹੈ, ਲੱਗੀ ਵਿੱਚ ਵਨ ਯੂਪੀ ਔਰ ਕੀ ਮੰਗਾਇਆ ਜੀ? ਮੈਗੀ ਕਿੰਨੇ ਦੀ ਜੀ? 120 ਓਨਲੀ। ਦੋਸਤੋ ਮੈਗੀ ਦਾ ਸਵਾਦ ਅਲਟੀਮੇਟ ਆ ਰਿਹਾ, ਕਿੱਦਾਂ ਸਪਾਈਸੀ ਹੈ? ਹਾਂਜੀ ਕਿੱਦਾਂ ਮੈਗੀ ਲੱਗ ਰਹੀ ਹੈ? ਖਾਓ ਦੱਸੀ ਤੁਸੀਂ। ਹਾਂਜੀ ਖਾ ਕੇ ਦੱਸਣ ਨਾ ਕਰਾਂਗੇ ਦੱਸੀ। ਕਿੱਦਾਂ ਮੈਗੀ ਜੀ? ਮੈਂ ਕਹਿ ਰਹੀ ਅਲਟੀਮੇਟ ਕਿਉਂਕਿ ਮੈਂ ਖਾਦੇ ਨਹੀਂ। ਓਹੋ ਸੀਨ ਰਟਾ ਯਾਰ, ਵੇਖੋ ਜੀ ਖੜਾ ਜੀ ਭਾਜੀ ਮੇਨ ਹੈ ਜੀ, ਇਹ ਰੈਸੀਡੈਂਸੀ ਮੇਨ ਓਹੋ ਜਬਰਦਸਤ ਮੌਸਮ।
ਕੇ ਗੋਲ ਦੇ ਹਾਂ ਹਾਂ ਦਵਾਰੀਆ ਦੇ ਨਾਲ ਓ ਕੁੜੀਆਂ ਜਾਣਾ ਤੇਰੇ ਮੋਢੇ ਤੇ ਬੰਦੂ ਹੈ ਕੀ ਕਰਾਂ ਇਹ ਬਾਹਰੋਂ ਹੋਟਲ ਹੈ ਜੀ, ਅਸੀਂ ਹੁਣੀ ਆਏ ਹਾਂ ਜੀ ਉੱਥੋਂ ਦੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਏ ਹਾਂ, ਤੁਹਾਨੂੰ ਦਿਖਾ ਰਹੇ ਜੀ ਹੈ ਨਾ, ਅਤੇ ਐਂਟਰ ਕਰ ਚੁੱਕੇ ਹਾਂ ਜੀ। ਇਹ ਸ਼ਾਮ ਦਾ ਸਮਾਂ ਜੀ, ਇਹ ਲੋਨ ਹੈ ਜੀ, ਲੋਨ ਦੇ ਵਿੱਚ ਆਪਾਂ ਸਵੇਰੇ ਆਏ ਸੀ, ਤੁਸੀਂ ਦੇਖਿਆ ਸੀਗਾ ਅਤੇ ਦੈਨ ਬਹੁਤ ਘੈਂਟ ਹੈ। ਹਾਂਜੀ ਦੋਸਤੋ ਠੀਕ ਹੈ, ਠੀਕ ਬੋਲੇ ਹਾਂਜੀ, ਅਸੀਂ ਹੋ ਗਏ ਤਿਆਰ, ਜੈਕਟਾਂ ਸ਼ੈਕਟਾਂ ਪਾ ਕੇ। ਆਹ ਵੀਰ ਜੀ ਨੇ ਹਲੇ ਅੱਧੀ ਵਾਰੀ ਪਾਈ ਹੈ, ਇਹ ਬੰਦਾ ਪਹਿਲਾਂ ਪਾਈ ਨਹੀਂ ਪਾਲੀ ਪਾਲੀ ਬਾਬਾ ਜੀ ਅਲੈਂਡਾ ਪਾ ਕੇ ਇਹਨਾਂ ਪਾਇਆ ਥੱਲੇ ਠੰਡ ਬੜੀ। ਅਸੀਂ ਤਿਆਰ ਹੋ ਗਏ ਜੀ, ਇੱਥੇ ਘੱਟੋ ਘੱਟ -10 ਤੇ 3 ਤੇ 13 ਤੇ ਸਿਰਫ 12 ਡਿਗਰੀ ਟੈਂਪਰੇਚਰ ਹੋਵੇ। ਅਰੇ ਕਹਿਣਾ ਕਿਆ ਚਾਹਤੇ ਹੋ, ਠੀਕ ਹੈ ਜੀ, ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਵਲੌਗ ਨੂੰ, ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਕਮੈਂਟ ਕਰੋ, ਲਾਈਕ ਕਰੋ, ਦੱਬ ਕੇ ਸ਼ੇਅਰ ਕਰੋ ਅਤੇ ਹਾਂ ਗਰਮੀ ਸੜਦੇ ਰਹੋ, ਟੈਂਸ਼ਨ ਲੈਣੀ। ਉਹ ਦੇਖੋ ਬਾਲਕਨੀ 'ਚੋਂ ਦੇਖ ਰਹੇ ਨੇ, ਖਤਮ, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ ਤੇਰੀ ਰੋਡ ਹੀ ਮੁੜ ਗਈ ਉਹਦੀ। ਓ ਭਾਈ ਕਾਂਡ ਕਰ ਦਿਓ ਓਏ ਜੀ, ਅੱਜ ਵੀਡੀਓ ਬਣਾਉਣੀ ਸੀਗੀ ਸਾਰੀ, ਉੱਥੇ ਵਾਦੀਆਂ ਨਹੀਂ ਬਣਾਉਂਦੇ ਰਹੇ ਓਏ ਯਾਰ। ਦੇਖੋ ਦੇਖੋ ਓ ਦੇਖੋ ਤਾਂ ਉਹ ਕਿਹਨੇ ਹੋਇਆ ਓ ਭਾਈ, ਓਏ ਕੋਈ ਹੋਰ ਹੈ ਉਹ ਹਾਂਜੀ ਅਸੀਂ ਆਏ ਹਾਂ ਜੀ, ਇੱਕ ਵਾਰ ਫਿਰ ਫਰੈਂਡੀ ਢਾਬੇ ਤੇ ਆਏ ਹਾਂ ਜੀ, ਅਤੇ ਇੱਕ ਵਾਰ ਫਿਰ ਖਾਣ ਆਏ ਹਾਂ। ਅੱਜ ਸਾਡੇ ਨਾਲ ਸਾਡੀ ਭੂਆ ਜੀ ਆਏ ਹੋਏ ਨੇ ਜੀ, ਅਤੇ ਇੱਕ ਭਾਜੀ ਆਏ ਨੇ ਅਤੇ ਇੱਕ ਭਾਬੀ ਜੀ ਆਏ ਨੇ। ਹਾਂ ਆਇਆ ਦੁਬਾਰਾ ਕਿਉਂਕਿ ਟੇਸਟ ਹੀ ਬਹੁਤ ਸੀਗਾ। ਹਾਂ ਅਤੇ ਮੈਂਬਰ ਵੱਧ ਗਏ ਨੇ, ਅੱਜ ਮੈਂਬਰ ਵੱਧ ਚੁੱਕੇ ਨੇ, ਅਤੇ ਫਿਰ ਦੇਖੋ ਟੇਸਟ ਹੀ ਅਸੀਂ ਤਾਂ ਆਏ ਹਾਂ, ਤੁਸੀਂ ਸਾਡੀ ਦੇਖ ਰਹੇ ਹੋ ਪੱਗਾਂ ਪੁੱਗਾਂ ਕੱਪੜੇ ਕੁੱਪੜੇ ਚੇਂਜ ਨੇ, ਹੈ ਨਾ, ਇੱਕ ਵਾਰ ਫਿਰ ਵੀ ਹੋ ਗਏ। ਹਾਂ ਮਤਲਬ ਬੰਦੇ ਕਹਿਣਗੇ ਕੱਲ੍ਹ ਦੀ ਕੱਲ੍ਹ ਨਾਲ ਹੀ ਪਾਈ ਜਾਂਦੇ ਦੁਬਾਰਾ। ਅਤੇ ਕੁਛ ਕਹਿਣਾ ਚਾਹੋਗੇ? ਆਰਡਰ ਕੀਤਾ ਇੱਕ ਪਨੀਰ ਬਟਰ ਮਸਾਲਾ ਅਤੇ ਕੀ ਤਵਾ ਰੋਟੀ ਅਤੇ ਹੋਰ ਕਿਹੜੀ ਸਬਜ਼ੀ ਸੀ, ਚਿੱਲੀ ਚਿਕਨ ਕੱਲ੍ਹ ਵਾਲਾ ਜਿਹੜਾ ਤੁਹਾਨੂੰ ਦਿਖਾਇਆ ਸੀ।
ਤੇ ਕੱਲ ਤਾਂ ਬਟਰ ਦਾ ਮਸਾਲਾ ਵੀ ਗਿਆ ਅੱਜ ਸੌਰੀ 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 ਹਾਂ ਤੇ ਅੱਜ ਬਟਰ ਦਾ ਮਸਾਲਾ ਵੀ ਮੰਗਾਇਆ ਤੇ ਪਿਆਜ਼ ਦੋ ਪਿਆਜ਼ਾਂ ਨੇ ਦਿਖਾਇਆ ਨਹੀਂ ਨਹੀਂ ਬਾਈ ਨਹੀਂ ਨਹੀਂ ਬਾਈ ਸੁਣਦਾ ਅੱਜ ਕੀ ਕਰਾਇਆ ਕੱਲ੍ਹ ਦੀ ਗੱਲ ਨਹੀਂ ਕਰਨੀ ਅੱਜ ਕੀ ਕਰਾਇਆ ਅੱਜ ਮੰਗਾਇਆ ਜੀ ਕੁੱਕੜ ਮੱਖਣੀ ਕੁੱਕੜ ਮੱਖਣੀ ਕਰਾਇਆ ਹੈ ਜੀ ਦਾਲ ਮੱਖਣੀ ਦਾਲ ਮੱਖਣੀ ਉਸ ਤੋਂ ਬਾਅਦ ਕੜਾਹੀ ਕੁੱਕੜ ਕੜਾਹੀ ਕੁੱਕੜ ਦਾਲ ਪਨੀਰ ਹਾਂ ਅਤੇ ਪਨੀਰ ਬਟਰ ਮਸਾਲਾ ਪਨੀਰ ਬਟਰ ਮਸਾਲਾ ਅਤੇ ਇੱਕ ਮਿਰਚਾਂ ਦਾ ਕੁੱਕੜ ਚਿੱਲੀ ਕੁੱਕਰ ਅਤੇ ਮਤਲਬ ਹੁਣ ਓਵਰਆਲ 90% ਕੁੱਕਰ 90% ਕੁੱਕੜ ਹੀ ਹੈ ਜੀ ਇੱਥੇ ਅਤੇ ਬਾਕੀ ਦੋ ਬੰਦਿਆਂ ਲਈ ਜਿਹੜਾ ਉਹ ਰਹਿ ਗਿਆ ਪਨੀਰ ਬਟਰ ਮਸਾਲਾ ਰਹਿ ਗਿਆ ਦੋ ਬੰਦਿਆਂ ਨੇ ਕੁਛ ਛੱਡੇ ਜਾਣਾ ਕੁੱਕੜ ਕੁੱਕੜ ਪਾ ਰੱਖਿਆ ਬਾਕੀ ਤੁਹਾਨੂੰ ਦੱਸਦੇ ਟੇਸਟ ਕਿੱਦਾਂ ਦਾ ਜੀ ਪਲੇਟਾਂ ਸਭ ਹੋ ਚੁੱਕੀਆਂ ਨੇ ਸਰ ਜੇ ਕੋਈ ਇੱਥੋਂ ਦਾ ਚਹਿਲ ਦੇ ਨਗਰ ਨਿਵਾਸੀ ਇਸ ਵੀਡੀਓ ਨੂੰ ਦੇਖ ਰਹੇ ਹੋਣ ਤਾਂ ਜ਼ਰੂਰ ਦੱਸਣ ਜੀ ਹਾਂਜੀ ਫਿਰ ਵੀ ਦੱਸ ਦੇਣ ਕਮੈਂਟ ਕਰਨਾ ਨਾ ਭੁੱਲਣ ਚਹਿਲ ਵਾਲੇ ਜਿਹੜੇ ਚਹਿਲ ਨੂੰ ਪਸੰਦ ਕਰਦੇ ਨੇ ਇੱਕ ਵਾਰ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਚਹਿਲ ਨੂੰ ਕਿੰਨੇ ਕਿੰਨੇ ਲੋਕ ਪਸੰਦ ਕਰਦੇ ਨੇ ਕੀ ਆ ਗਿਆ ਜੀ ਚਿੱਲੀ ਚਿਕਨ ਆ ਚੁੱਕੇ ਆ ਅਤੇ ਸਰਵ ਹੋ ਰਿਹਾ ਜੀ ਚਿੱਲੀ ਚਿਕਨ ਕੀ ਦੱਸੋ ਮਾੜਾ ਜਿਹਾ ਚਿਕਨ ਤੰਦੂਰੀ ਚਿਕਨ ਕਰੀ ਦੂਜੀ ਦੋਨੇ ਸੇਮ ਹੈ ਇੱਕ ਕੜਾਹੀ ਚਿਕਨ ਦੂਜਾ ਸਾਡਾ ਵਾਲੇ ਵੈਜ ਦਾ ਕੰਮ ਨਹੀਂ ਆਇਆ ਭੂਆ ਜੀ ਵੇਟ ਕਰ ਰਿਹਾ ਮੈਂ ਵੇਟ ਕਰ ਰਿਹਾ ਜੀ ਅਤੇ ਬਾਕੀ ਨੌਨ ਵੈਜ ਵਾਲੇ ਬੰਦੇ ਬੈਠੇ ਨੇ ਜੀ ਦੋਸਤੋ ਬਟਰ ਪਨੀਰ ਮਸਾਲਾ ਅਤੇ ਦਾਲ ਮੱਖਣੀ ਖਾ ਰਿਹਾ ਜੀ ਦਾਲ ਬਹੁਤ ਸਵਾਦ ਦਾਲ ਸਵਾਦ ਹੈ ਪੱਕੀ ਗੱਲ ਹੈ ਬਾਕੀ ਤੁਹਾਨੂੰ ਅੱਗੇ ਦੱਸਦੇ ਹਾਂ ਭਾਅ ਜੀ ਕੀ ਵਿਚਾਰ ਦਊਂਗੇ ਠੀਕ ਹੈ ਹਾਂਜੀ ਖਾਣ ਪੀਣ ਤੋਂ ਬਾਅਦ ਤੇ ਚੌਕਲੇਟ ਲੈ ਰਹੇ ਹਾਂ ਜੀ ਦੋ ਦਿਨ ਲਗਾਤਾਰ ਖਾ ਰਹੇ ਹਾਂ ਵਾਢੀ ਲਾਲ ਵਾਢੀ ਲਾਲ ਬੇਦੀ ਲਾਲ ਵਾਢੀ ਲਾਲ ਚਲੋ ਜਿਹੜਾ ਵੀ ਲਾਲ ਤਾਂ ਹੈਗਾ ਨਾ ਜਿਵੇਂ ਜਿਵੇਂ ਭਾਈ ਚਮਨਜੀਤ ਸਿੰਘ ਲਾਲ ਚਲੋ ਜੋਗ ਜੋਗ ਜਿਵੇਂ ਜੇਠਾ ਲਾਲ ਜੇਠਾ ਲਾਲ ਚੰਪਕ ਲਾਲ ਤੇ ਜਪਨ ਲਾਲ ਚਲੋ ਅੱਗੇ ਜੀ ਅਸੀਂ ਜੇ ਖਾ ਰਹੇ ਹਾਂ ਤੁਹਾਨੂੰ ਦੱਸ ਦਿਆਂ ਤੁਹਾਨੂੰ ਦੱਸਣਾ ਚਾਹਾਂਗੇ ਦੇਖੋ ਪਾਠ ਕਰ ਰਹੇ ਨੇ ਭਾਈ ਦੇਖੋ ਪਾਠ ਵੀ ਕਰਨਾ ਚਾਹੀਦਾ ਕਿਉਂਕਿ ਸ਼ਾਮ ਦਾ ਵੇਲਾ ਹੈਗਾ ਦੋਸਤੋ ਫਾਈਨਲੀ ਪਹੁੰਚ ਚੁੱਕੇ ਆ ਰੋਟੀ ਪਾਣੀ ਖਾ ਕੇ ਐਡਵੈਂਚਰ ਸਪੋਰਟ ਕਰਦੇ ਹੋਏ ਬਈ ਹੋਟਲ ਅੱਜ ਟਰਾਈ ਜ਼ਰੂਰ ਕਰਿਓ ਹੈ ਇਹ ਇੱਥੇ ਵੀ ਖਾ ਪੀ ਸਕਦੇ ਹੋ ਹੈ ਨਾ ਜੀ ਵਧੀਆ ਰਿਹਾ